ਕਿੰਨਾ ਮੀਂਹ ਤੋਂ ਵੀ ਕਿੰਨਾ ਪਾਣੀ ਖੜਿਆ ਪਿੱਛੇ ਵੀ, ਅਤੇ ਪੀਣ ਵਾਲੇ ਪਾਣੀ ਦੇ ਵੀ ਬਹੁਤ ਮਾੜੇ ਹਾਲਾਤ ਨੇ ਕਿ ਗੰਦਾ ਪਾਣੀ ਟੂਟੀਆਂ ਦੇ ਵਿੱਚ ਆਉਂਦਾ ਜਿਹਨੂੰ ਪੀਣ ਲਈ ਲੋਕ ਸ਼ਹਿਰ ਦੇ ਇਲਾਕੇ ਦੇ ਲੋਕ ਮਜਬੂਰ ਨੇ। ਜਦੋਂ ਅਸੀਂ ਨਗਰ ਕੌਂਸਲ ਕੋਲ ਜਾਂਦੇ ਹਾਂ ਸ਼ਿਕਾਇਤ ਲੈ ਕੇ ਤਾਂ ਉਹ ਕਹਿ ਦਿੰਦੇ ਕਿ ਸਾਨੂੰ ਐੱਮ ਐੱਲ ਏ ਸਾਹਿਬ ਨਹੀਂ ਕੰਮ ਕਰਨ ਦਿੰਦੇ, ਜਦੋਂ ਐੱਮ ਐੱਲ ਏ ਸਾਹਿਬ ਕੋਲ ਜਾਂਦੇ ਤਾਂ ਉਹ ਕਹਿੰਦੇ ਜੀ ਕਾਂਗਰਸ ਦੀ ਨਗਰ ਕੌਂਸਲ ਹੈ ਉਹ ਕੰਮ ਨਹੀਂ ਕਰਦੇ। ਨਾਲੀਆਂ 'ਤੇ ਇੰਨਾ ਪਾਣੀ ਖੜਿਆ ਹੈ ਕਿ ਮੱਛਰ ਇੰਨਾ ਪੈਦਾ ਹੋ ਰਿਹਾ ਡੇਂਗੂ ਦਾ ਕਿ ਦੋ ਵਾਰੀ ਤਾਂ ਸਾਡੇ ਬੱਚੇ ਬਿਮਾਰ ਹੋ ਚੁੱਕੇ ਹੈ ਜੀ। ਇਹ ਵੀ ਕਰ ਸਕਦੇ, ਮਿਊਨਸਪਲ ਕਮੇਟੀ ਤਾਂ ਬਿਲਕੁਲ ਮਰੀ ਹੋਈ ਹੈ, ਉਹ ਤਾਂ ਕੁਛ ਕਰਦੇ ਹੈ ਨਹੀਂ, ਨਾ ਕੋਈ ਐੱਮ ਸੀ ਆਉਂਦਾ ਇੱਥੇ, ਨਾ ਹੀ ਕੋਈ ਵਾਰਡ ਮੈਂਬਰ ਆਉਂਦਾ, ਉਹਨੇ ਤਾਂ ਆਉਣਾ ਹੀ ਕੀ ਹੈ। ਪਾਣੀ ਵਾਲੇ ਪੈਪਾਂ 'ਚ ਤੁਸੀਂ ਦੇਖਦੇ ਬੁਲਬੁਲੇ ਉੱਡ ਰਹੇ ਆ, ਉਹਦੇ 'ਚ ਕਿੰਨਾ ਕਿ ਪਾਣੀ ਮਿਕਸ ਹੋ ਰਿਹਾ। ਹੁਣ ਤੁਸੀਂ ਦੇਖ ਲਓ ਪੂਰੇ ਸ਼ਹਿਰ ਦੇ ਲੋਕਾਂ ਨੇ ਇਹੀ ਪਾਣੀ ਪੀਣਾ। ਮੋਟਰ ਸੜੀ ਹੋਈ ਹੈ ਕਮੇਟੀ ਦੀ, ਪਾਣੀ ਨਹੀਂ ਆ ਰਿਹਾ, ਟੈਂਕਰ ਮੰਗਾ ਮੰਗਾ ਕੇ ਪੀ ਰਹੇ ਲੋਕ, ਕੋਈ ਰੇਹੜੀਆਂ 'ਤੇ ਲਿਆ ਕੇ ਪੀ ਜਾਂਦੇ ਆ, ਦੱਸੋ ਕਿੱਥੇ ਜਾਈਏ, ਪਾਣੀ ਨਹੀਂ ਆਇਆ। ਲੋਕ ਵੈਸੇ ਕਦੇ ਕਿਸੇ ਦਾ ਮੋਟਰਸਾਈਕਲ ਬੰਦ ਹੋ ਜਾਂਦਾ, ਕਿਤੇ ਗੱਡੀਆਂ, ਬੱਚੇ ਪੜ੍ਹਨ ਵਾਲੇ ਇੰਨੇ ਪਰੇਸ਼ਾਨ ਹੁੰਦੇ ਆ ਲੰਘਣ ਨੂੰ, ਆਮ ਜਨਤਾ ਇੰਨੀ ਪਰੇਸ਼ਾਨ ਲੰਘਣ ਨੂੰ, ਸੀਵਰੇਜ ਨਹੀਂ ਹੈ ਕੋਈ ਵਧੀਆ। ਤੁਸੀਂ ਦੇਖ ਲਓ ਆ ਕੇ ਜਦੋਂ ਵੀ ਬਾਰਿਸ਼ ਪੈਂਦੀ ਹੈ ਇੰਨੀ ਖਬਰਾਂ ਲਾਉਂਦੇ ਹਾਂ, ਬਰੂੜ 'ਤੇ ਕੋਈ ਮਸਲਾ ਹੱਲ ਨਹੀਂ ਹੁੰਦਾ ਹੈਗਾ। ਪਾਣੀ ਨਹੀਂ ਆ ਰਿਹਾ ਤਿੰਨ ਦਿਨਾਂ ਦੇ, ਹਾਂ ਪੀਣ ਵਾਲਾ ਕੋਈ ਪਾਣੀ ਨਹੀਂ ਆ ਰਿਹਾ, ਹੱਲ ਗਿਆ ਬੈਸਰੀ, ਕਹੀਂ ਗੁਰਦੁਆਰੇ ਮਦੇ ਭਰ, ਕਹੀਂ ਦੇ ਭਰ, ਟੈਂਕਰ ਟੂੰਕਰ ਵੀ ਕੋਈ ਨਹੀਂ ਆਉਂਦੇ, ਅੱਜ ਇੱਕ ਗਏ ਆ। ਹਾਂ ਬਨੂੜ ਇਤਿਹਾਸਕ ਸ਼ਹਿਰ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪਰਮ ਪਿਆਰੇ ਪੀਰ ਬੁੱਧੂ ਸ਼ਾਹ ਨੇ ਆਪਣੇ ਇਸ ਇਲਾਕੇ ਵਿੱਚ ਉੱਚ ਦੇ ਵੱਡੇ ਪੀਰਾਂ ਨੂੰ ਬੇਨਤੀ ਕੀਤੀ ਕਿ ਆ ਕੇ ਡੇਰਾ ਲਾਓ। ਬਾਬਾ ਸ਼ੇਖ ਬਨੂਰੀ ਆਏ ਅਤੇ ਬਨੂੜ ਵਸਾਇਆ। ਇਹਨੂੰ ਕਿਸੇ ਵੇਲੇ ਇਤਰਾਂ ਦਾ ਸ਼ਹਿਰ ਕਿਹਾ ਜਾਂਦਾ ਸੀ। ਇੱਕ ਮਤ ਮੁਤਾਬਕ ਇਹ ਮਾਈ ਬੰਨੋ ਦਾ ਵਸਾਇਆ ਸ਼ਹਿਰ ਵੀ ਹੈ, ਜੋ ਤਾਨਸੇਨ ਦੀ ਉਸਤਾਦ ਸੀ। ਇਸੇ ਸ਼ਹਿਰ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਰੀ ਫੌਜ ਇਕੱਠੀ ਕਰ ਅਰਦਾਸ ਕਰ ਚੱਪੜ ਚਿੜੀ ਵੱਲ ਵਜੀਦ ਖਾਂ ਨੂੰ ਸੋਧਣ, ਸਰੰਦ ਦੀ ਇੱਟ ਨਾਲ ਇੱਟ ਖੜਕਾਉਣ ਲਈ ਚਾਲੇ ਪਾਏ ਸਨ। ਸੋ ਇਤਿਹਾਸਕ ਸ਼ਹਿਰ ਇਤਰਾਂ ਖੁਸ਼ਬੂਆਂ ਦੇ ਸ਼ਹਿਰ ਵਿੱਚ ਹੁਣ ਮੁਸ਼ਕ ਅਤੇ ਨਰਕ ਹੈ। ਕਿਸੇ ਵੇਲੇ ਇੱਥੇ ਇੱਤਰ ਬਣਦੇ ਸਨ। ਇੱਥੋਂ ਦੇ ਲੋਕ ਬਹੁਤ ਮਿਲਾਪੜੇ ਹਨ, ਪਰ ਮਾੜੇ ਪ੍ਰਬੰਧਾਂ ਕਰਕੇ ਸ਼ਹਿਰ ਦਾ ਢਾਂਚਾ ਤਰਸਯੋਗ ਹੈ। ਬਨੂੜ ਨਗਰ ਨਿਗਮ ਦਾ ਇੰਨਾ ਬੁਰਾ ਹਾਲ ਹੈ ਕਿ ਸ਼ਹਿਰ ਨਰਕ ਬਣਿਆ ਹੋਇਆ। ਇਸ ਸ਼ਹਿਰ ਵਿੱਚ ਪਿਛਲੇ 2 ਦਿਨ ਤੋਂ ਲੋਕ ਪਾਣੀ ਨਾ ਆਉਣ ਤੋਂ ਪਰੇਸ਼ਾਨ ਹਨ, ਹੁਣ ਫੋਨ ਬੰਦ ਕਰਕੇ ਬਹਿ ਗਏ ਹਨ। ਮੋਟਰ ਪੁਰਾਣੀ ਹੈ, ਉਹਨੂੰ ਠੀਕ ਕਰਨ ਨੂੰ ਹਰ 4th ਮਹੀਨੇ ਬਹਿ ਜਾਂਦੇ ਹਨ ਅਤੇ ਹਰ 4th ਮਹੀਨੇ ਇਹੀ ਹਾਲ ਹੁੰਦਾ ਹੈ। ਇਹ ਸ਼ਹਿਰ ਪ੍ਰਤੀ ਗ੍ਰਾਂਟਾਂ ਦੀ ਘਾਟ ਅਤੇ ਸ਼ਹਿਰ ਪ੍ਰਤੀ ਘੇਸਲ ਦਾ ਨਤੀਜਾ ਹੈ। ਮੋਟਰਾਂ ਪੁਰਾਣੀਆਂ ਹਨ, ਜੋ ਮੁਰੰਮਤ ਨਹੀਂ ਨਵੀਆਂ ਰੱਖਣ ਦੀ ਲੋੜ ਹੈ। ਗੱਲ ਇੱਥੇ ਨਹੀਂ ਮੁੱਕਦੀ, ਨਾਲੀਆਂ ਦੀ ਸਫਾਈ ਅੱਬਲ ਤਾਂ ਕਰਦੇ ਨਹੀਂ, ਜਦੋਂ ਕਰਦੇ ਹਨ ਤਾਂ ਗੰਦ ਕੱਢ ਕੇ ਸੜਕਾਂ 'ਤੇ ਵਿਛਾ ਦਿੰਦੇ ਹਨ, ਫਿਰ ਉਸ ਵਿਛਾਈ ਗੰਦ ਨੂੰ 3-4 ਦਿਨ ਚੁੱਕਦੇ ਨਹੀਂ, ਉਨੇ ਚਿਰ ਨੂੰ ਉਹ ਆਪੇ ਖਿੰਡ ਖੁੰਡ ਜਾਂਦਾ ਹੈ। ਮੀਂਹ ਪੈਣ 'ਤੇ ਨਾਲੀਆਂ ਜਾਮ ਜੂਮ ਹੋ ਜਾਂਦੀਆਂ ਹਨ, ਨਿਕਾਸੀ ਦਾ ਹਾਲ ਵੇਖਣ ਵਾਲਾ ਹੁੰਦਾ ਹੈ। ਸਫਾਈ ਕਾਮੇ ਵੀ ਆਪਣੀ ਥਾਂ ਸੱਚੇ ਹਨ, ਸਟਾਫ ਦੀ ਘਾਟ ਹੈ। ਇਹਨਾਂ ਗੱਲਾਂ ਨੂੰ ਮਜਾਲ ਹੈ ਨਗਰ ਨਿਗਮ ਬਨੂੜ ਨੇ ਕਦੀ ਗੰਭੀਰਤਾ ਨਾਲ ਲਿਆ ਹੋਵੇ। ਆਮ ਆਦਮੀ ਪਾਰਟੀ ਸਰਕਾਰ ਆਮ ਆਦਮੀ ਦੀ ਖੱਜਲ ਖੁਆਰੀ ਸੁਣੇ ਤਾਂ ਸਹੀ। ਸਤਿ ਸ਼੍ਰੀ ਅਕਾਲ ਜੀ, ਦਾ ਅਨਮਿਊਟ ਨਾਲ ਜੁੜੇ ਹੋ ਤੁਸੀਂ, ਮੈਂ ਜਗਜੀਤ ਸਿੰਘ ਪੰਜੋਲੀ। ਇਸ ਵਕਤ ਵਿਧਾਨ ਸਭਾ ਹਲਕਾ ਰਾਜਪੁਰਾ ਦੇ ਇਤਿਹਾਸਕ ਸ਼ਹਿਰ ਬਨੂੜ ਦੇ ਵਿੱਚ ਮੌਜੂਦ ਹਾਂ। ਤਸਵੀਰਾਂ ਤੁਸੀਂ ਪਿੱਛੇ ਦੇਖ ਰਹੇ ਹੋ ਬਨੂੜ ਸ਼ਹਿਰ ਦੀਆਂ ਤਸਵੀਰਾਂ ਨੇ। ਬਨੂੜ ਸ਼ਹਿਰ ਦੇ ਵਿੱਚ ਸੀਵਰੇਜ ਦੀ, ਪੀਣ ਯੋਗ ਪਾਣੀ ਦੀ ਅਤੇ ਨਾਲੀਆਂ ਦੀ ਸਾਫ਼ ਸਫਾਈ ਦੀ ਬਹੁਤ ਵੱਡੀ ਸਮੱਸਿਆ ਹੈ, ਜਿੱਥੇ ਸਰਕਾਰਾਂ ਇਸ ਮਾਮਲੇ 'ਤੇ ਵੱਡੇ ਵੱਡੇ ਦਾਅਵੇ ਕਰਦੀਆਂ ਨੇ, ਤਾਂ ਜ਼ਮੀਨੀ ਪੱਧਰ 'ਤੇ ਗਰਾਊਂਡ ਜ਼ੀਰੋ 'ਤੇ ਲੋਕ ਕੀ ਕਹਿ ਰਹੇ ਨੇ, ਲੋਕਾਂ ਨਾਲ ਵੀ ਗੱਲਬਾਤ ਕਰਾਂਗੇ। ਮੈਂ ਰਿੰਕੂ ਸਲੇਮਪੁਰ, ਭਾਰਤੀ ਜਨਤਾ ਪਾਰਟੀ ਬਨੂੜ ਤੋਂ। ਇੱਥੇ ਨੇ ਜੀ ਜਿਹੜਾ ਸਿਸਟਮ ਹੈ ਬਹੁਤ ਹੀ ਖਰਾਬ ਹੋ ਚੁੱਕਿਆ ਹੈ, ਸੀਵਰੇਜ ਦਾ ਬਹੁਤ ਬੁਰੇ ਹਾਲਾਤ ਨੇ। ਜਦੋਂ 4 ਬੂੰਦਾਂ ਪੈਂਦੀਆਂ ਤੁਸੀਂ ਦੇਖ ਸਕਦੇ ਹੋ ਬਿਨਾਂ ਮੀਂਹ ਤੋਂ ਵੀ ਕਿੰਨਾ ਪਾਣੀ ਖੜਿਆ ਪਿੱਛੇ ਵੀ, ਅਤੇ ਪੀਣ ਵਾਲੇ ਪਾਣੀ ਦੇ ਵੀ ਬਹੁਤ ਮਾੜੇ ਹਾਲਾਤ ਨੇ ਕਿ ਗੰਦਾ ਪਾਣੀ ਟੂਟੀਆਂ ਦੇ ਵਿੱਚ ਆਉਂਦਾ ਜਿਹਨੂੰ ਪੀਣ ਲਈ ਲੋਕ ਸ਼ਹਿਰ ਦੇ ਇਲਾਕੇ ਦੇ ਲੋਕ ਮਜਬੂਰ ਨੇ। ਅਤੇ ਇੱਥੇ ਮੇਨ ਜਿਹੜੀ ਪ੍ਰੋਬਲਮ ਆ ਰਹੀ ਹੈ, ਅਤੇ ਜਿਹੜੀ ਨਗਰ ਕੌਂਸਲ ਹੈ, ਨਗਰ ਕੌਂਸਲ 'ਤੇ ਜਿਹੜਾ ਕਬਜ਼ਾ ਹੈ ਕਾਂਗਰਸੀਆਂ ਦਾ ਅਤੇ ਐੱਮ ਐੱਲ ਏ ਤੋਂ ਆਮ ਆਦਮੀ ਪਾਰਟੀ ਦਾ, ਜਿਸ ਦਾ ਖਾਮਿਆਜ਼ਾ ਸ਼ਹਿਰ ਦੇ ਲੋਕ ਭੁਗਤ ਰਹੇ ਨੇ।
जदों असीं नगर कौंसल कोल जांदे आ शिकायत लैके तो कह दिंदे कि सानूं MLA साहब नहीं कम कर दिंदे, जदों MLA साहब कोल जांदे तो कहिंदे जी कांग्रेस की नगर कौंसल है वह कम नहीं करते। जिदा हर बार इस मसले के बारे नाल वाले बाजार के बारे या परले मेन बाजार के बारे जदों शहर वासी या दुकानदार इकट्ठे होकर जाते हैं वो सानूं हर बार यही लारा ला के छड़ दिंदे ने कि सीवरेज का जिहड़ा ठेका असीं दे दित्ता सीगा पर वो ठेकेदार कम नहीं कर रहा। पता नहीं क्यों पिछले 6 महीने तो यही बार बार सुनने मिल रहा, ना तो उस ठेकेदार का ये जिहड़ा टेंडर है कैंसल करते हैं, ना ही होर कोई ठेकेदार दे के कम कराते हैं। सारी बरसात इदां ही लंघ गईआं, हुण पिछे जे मीह पिया सीगा जदों उस समय लोगों का दुकानों पानी वड़न कारण लखां रुपये का नुकसान हो चुकिया सी, पर प्रशासन की तो इतों के MLA का बनूड़ वाल कोई ध्यान नहीं। असीं उन्हां नूं बेनती करना चाहांगे कृपा करके अपनिया राजनीतिक टूरिज्म खत्म करके लोगों वाल ध्यान दो। मेरा नाम है अंकुश तो मैं बनूड का निवासी हाँ, वार्ड नंबर 9 का। तो इतने इन्ना बुरा हाल है पानी पीने का कि वो उबाल के पानी पीना पै रहा जी, कि गंदा इन्ना पानी आता जी सवेरे भी और शाम के टाइम भी, और नालिया तो इन्ना पानी खड़ा है कि मच्छर इन्ना पैदा हो रहा डेंगू का कि 2 बारी तो साढ़े बच्चे बीमार हो चुके हैं जी, तो मिसेज भी बीमार हो चुकी है जी, तो इन्ना पैसा लग चुका जी साढ़े उत्ते। तो सफाई लिए तो बिल्कुल आता ही नहीं जी सफाई महकमा, तो उन्होंने कह कह के कमाना पैंता, एप्लीकेशन देनी पैंती है कमेटी के जा जाके, कोई सुनवाई नहीं होंगी। वो कह देंगे भेज देंगे जी बंदा भेज देंगे, कोई सुनवाई नहीं होंगी। आप लेके झाड़ू आप सफाई करनी पैंती है जी, उत्थे नालियाँ आप कढ़नियां पैंदियां ने। इहदा इहनूं मैं घट्टो घट्ट जी 5 साल तो उपर ही हो गया जी देखदे नूं, पानी हर टाइम इत्थे आउंदा। 2 वारी तो मैं गिरदा गिरदा बचिया जी इत्थे मोटरसाइकिल ते बच्चे दे नाल, इन्नी बारी इन्हों कमेटी भी शिकायत कर ली, कोई सुनवाई नहीं होंगी। सर इन्हों के बिच जी जमीन खड्डे पे हुए हैं, पानी जमीन चो निकल रहा है, उन्हें पाइप के लाइन के खड्डे पे हुए हैं जी, वो पहले भी 2-3 बारी उन्होंने भी निगाह की कमेटी वाले, पर उन्होंने कोई सुनिया नहीं है साडा। सर उबाल के पानी पीना पै रहा जी, उबाल के पानी पीना पै रहा जी। सूबेदार सुचा सिंह, वार्ड नंबर 12 गुरु नानक कलोनी बनौड़। साडा इधर आना जाना गुरुद्वारा साहब पिछे न, इतने कदे भी कहे पानी कदे सुकते नहीं है, दो रस्ते ये जो कि गुरुद्वारा साहब आया जिम्मेदारी बनती है, जो इन्ना पैसा सेवा से ला रहे हैं, इन्ना उपर कर रहे हैं, ये भी कर सकते। म्यूनसिपल कमेटी तो बिल्कुल मरी हुई है, वो तो कुछ करते है नहीं, ना कोई MC आता इतने, ना ही कोई वार्ड मैंबर आता, ये तो आने की है, तो ये बहुत नरक भोगी जिंदगी जो रहे हैं। बदलाव ये थले सीवरेज प्रोपर तरीके पाई जाए, और बनूड के कितने भी निकासी है नहीं, जिते पानी की निकासी सी उत्थे बिल्डर ने कट कट के कलोनियां बनाती है, पानी की जिहड़ी इत्थों चोई लंघदी सी चोई भी बंद है। सिर्फ असीं हाई कोर्ट केस लड़के थोड़ी जी बनाई है अपना डॉक्टर बलदेव जी दुकान कोल, बाकी सारी वो बंद पई है, वो भी हाई कोर्ट केस लड़के इन्नी लड़ाई है डॉक्टर महिंदर सिंह ने ते वकील साहब ने, ਅਸੀਂ ਉਹਦੇ ਮੈਂਬਰ ਸੀ ਨਾਂ ਪਿੰਡਰ ਸਾਹਿਬ ਪਿੰਡਰ। ਇਹ ਤੁਸੀਂ ਦੇਖ ਸਕਦੇ ਹੋ ਸੀਵਰੇਜ ਦਾ ਜਿਹੜਾ ਪਾਣੀ ਆ ਬਲੌਕ ਹੋਣ ਕਾਰਨ ਪਾਣੀ ਵਾਲੇ ਪਾਈਪਾਂ 'ਚ ਤੁਸੀਂ ਦੇਖਦੇ ਹੋ ਬੁਲਬੁਲੇ ਉੱਠ ਰਹੇ ਆ, ਉਹਦੇ 'ਚ ਕਿੰਨਾ ਕਿ ਪਾਣੀ ਮਿਕਸ ਹੋ ਰਿਹਾ। ਹੁਣ ਤੁਸੀਂ ਦੇਖ ਲਓ ਇਹ ਪੂਰੇ ਸ਼ਹਿਰ ਦੇ ਲੋਕਾਂ ਨੇ ਇਹ ਪਾਣੀ ਪੀਣਾ ਹੈ, ਕਿੰਨਾ ਗੰਦਗੀ ਹੈ, ਇਹਦੇ ਨਾਲ ਬਿਮਾਰੀਆਂ ਫੈਲਣੀਆਂ ਲੋਕਾਂ ਨੂੰ। ਨਗਰ ਕੌਂਸਲ ਦਾ ਇਹਦੇ ਵੱਲ ਕੋਈ ਧਿਆਨ ਨਹੀਂ। ਤਾਲ ਬਨੂੜ ਦੇ ਵਿੱਚ ਖੜ੍ਹੇ ਹਾਂ, ਤੁਹਾਨੂੰ ਤਸਵੀਰ ਦਿਖਾ ਰਹੇ ਹਾਂ, ਅਤੇ ਆਹ ਡੰਗਰ ਹਸਪੀਟਲ ਬਨੂੜ ਦਾ ਉਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਆਹ ਹਾਲਾਤ ਦੇਖ ਲਓ ਉੱਥੇ ਦੇ ਕੀ ਨੇ। ਪਾਣੀ ਹਾਲਾਂਕਿ ਮੀਂਹ ਵੀ ਪਿਛਲੇ ਦਿਨਾਂ ਦੇ ਵਿੱਚ ਇਹ ਜਿਹੜੇ 5-4 ਦਿਨ ਇਹਨਾਂ ਦੇ ਵਿੱਚ ਮੀਂਹ ਵੀ ਨਹੀਂ ਪਿਆ, ਪਰ ਹਾਲਾਤ ਦੇਖ ਲਓ ਕਿਸ ਤਰੀਕੇ ਦਾ ਇੱਥੇ ਦੇ ਹਾਲਾਤ ਬਣੇ ਹੋਏ ਆ, ਅਤੇ ਡੰਗਰ ਲੋਕਾਂ ਨੇ ਆਪਣੇ ਘਰਾਂ ਦੇ ਡੰਗਰ ਜਿਹੜੇ ਨੇ ਉਹ ਇੱਥੇ ਬੰਨੇ ਹੋਏ ਆ। ਡੰਗਰ ਹਸਪੀਟਲ ਇਹ ਬਣਿਆ ਹੋਇਆ, ਪੂਰਾ ਪਾਣੀ ਇੱਥੇ ਇਸ ਤਰੀਕੇ ਨਾਲ ਖੜ੍ਹਾ ਹੈ, ਅਤੇ ਹਾਲਾਤ ਪੂਰੇ ਤਰਸਯੋਗ ਨੇ। ਇੱਥੇ ਬਿਮਾਰੀਆਂ ਦਾ ਡਰ ਜਿਹੜਾ ਇਸ ਪਾਣੀ ਦੇ ਨਾਲ ਬਨੂੜ ਦੇ ਵਿੱਚ ਥਾਂ ਥਾਂ, ਇਹ ਇਕੱਲਾ ਇਹੀ ਥਾਂ ਨਹੀਂ, ਬਹੁਤ ਜਗ੍ਹਾਵਾਂ ਐਸੀਆਂ ਹੈਗੀਆਂ ਨੇ ਜਿੱਥੇ ਅਜਿਹੇ ਹਾਲਾਤ ਬਣੇ ਹੋਏ ਨੇ। ਅਜੇ ਐਵੇਂ ਹੀ ਪਾਣੀ ਖੜ੍ਹਾ, ਸੀਵਰੇਜ ਦੀ ਪ੍ਰੋਬਲਮ ਹੈ, ਨਾਲੀਆਂ ਦੇ ਵਿੱਚ ਪਾਣੀ ਬੰਦ ਹੈ, ਅਤੇ ਲੋਕ ਜਿਹੜੇ ਨੇ ਜਿਵੇਂ ਦੱਸ ਰਿਹਾ ਕਿ ਪੀਣ ਯੋਗ ਪਾਣੀ ਵੀ ਉਹਨਾਂ ਦੇ ਘਰਾਂ ਤੱਕ ਸਾਫ਼ ਪਾਣੀ ਜਿਹੜਾ ਉਹ ਨਹੀਂ ਆ ਰਿਹਾ, ਵੱਡੀ ਸਮੱਸਿਆ ਲੋਕਾਂ ਤੱਕ ਇਹ ਆ ਰਹੀ ਹੈ। ਹੋਰ ਤੁਸੀਂ ਕੀ ਕਹੋਗੇ? ਕਹਿਣ ਤਾਂ ਹੁਣ ਥੋੜ੍ਹੇ ਦਿਨ ਪਹਿਲਾਂ ਇੱਕ ਦੇਖਿਆ ਚਲਾਨ ਹੋਇਆ ਕਮੇਟੀ ਵੱਲੋਂ, ਇੱਕ ਘਰ 'ਚ ਕੂਲਰ 'ਚ ਲਾਰਵਾ ਮਿਲਿਆ, ਪਰ ਹੁਣ ਕਮੇਟੀ ਵਾਲੇ ਘਰਾਂ ਦਾ ਚਲਾਨ ਕਰਦੇ ਪਏ, ਇਹ ਤਾਂ ਹੁਣ ਕਮੇਟੀ ਜ਼ਿੰਮੇਵਾਰੀ ਹੈ, ਕਮੇਟੀ ਇੱਧਰ ਕਦੇ ਗੇੜਾ ਨਹੀਂ ਮਾਰਦੀ, ਕੋਈ ਉਹਦਾ ਸਟਾਫ ਕੋਈ ਅਫਸਰ ਕੋਈ ਨਹੀਂ ਦੇਖਦਾ ਪਿਆ, ਹੁਣ ਇਹ ਜ਼ਿੰਮੇਵਾਰੀ ਕਿਹਨਾਂ ਦੀ ਹੈ? ਕਮੇਟੀ ਨੂੰ ਦੇਖਣਾ ਚਾਹੀਦਾ। ਨੀਨਾ ਮਿੱਤਲ ਨਹੀਂ, ਅੱਛਾ ਸਟਾਰਟਿੰਗ 'ਚ ਆਇਆ, ਉਹ ਤੋਂ ਬਾਅਦ ਇੱਧਰ ਦਾ ਨਹੀਂ ਦੇਖਿਆ ਸੀ, ਹੋਰ ਵਾਰਡਾਂ 'ਚ ਆਏ ਹੁਣ ਪਤਾ ਨਹੀਂ। ਹੋਰ ਕਿਹੜੀ ਕਿਹੜੀ ਜਿਵੇਂ ਇਹ ਬਿਲਡਿੰਗ ਹੈਗੀ ਆ, ਹੋਰ ਕਿਹੜੀਆਂ ਕਿਹੜੀਆਂ ਬਿਲਡਿੰਗਾਂ ਦੀ ਅਜਿਹੀ ਹਾਲਤ ਹੈ ਤਰਸਯੋਗ? ਬਿਲਡਿੰਗ ਆ ਚੌਂਕ ਦੇਖ ਲਓ,
इतने पानी खड़ रहा थोड़ी बरसात हो इतने पानी सीवरेज लीक सारा बस पानी जो हूँ खड़ा है ये मतलब मीह का पानी नहीं आप कह सकते सीवरेज लीक है सीवरेज लीक है मीह खड़ जाए सब कुछ हो जाता इस सफाई का बहुत माड़ा हाल है देखो पाइप जा रही है पानी वाली पाइप दे नाल ये पानी दी सीवरेज अपनी बोर दी पाइप है आ जेडी बोर है बोर दा पाइप है ये पीण पीण योग पानी जा रहा है इथों लोकां दे घरां च सारा नाल हो रहा है जी इहदे लीक है फर्क जी ये लीकेज है जी सारा उन्होंने किन्नी बारी कह लिया कि करो सानू स्पेशल जी एक बाल्टी पानी उबाल के पानी रखना पैंदा जी वी बीमार ना होवे साडा बच्चे ये इन्ना माड़ा हाल है जी ये इतिहासक शहर है बड़ा मशहूर शहर है सफाई है पर इन्नी जितनी होनी चाहिए अज के लिए अजकल वो नहीं है ठीक है ये जिहड़ा इत्थे बनमाई है ये राजा तानसेन के बदन नूं अग लग गई थी उसने फिर इत्थे जदों लिखा इसने मल्हार राग गाया तो बारत पई नाल उसकी अग बुझ गई फिर उसने ये भी कहा बनमाई नूं उसने कहा भी मंग तू जो मंगना वो कहन लगी मैं कुछ नहीं मंगना जिहड़ा मेरा संस्कार है मेरा बवान निकल है ना वो अज तक दुनिया में ना किसी के किसी का निकलिया ना ना निकलना और ये है बनूड जिहड़ा है ना ये इक्को बनूड है हिंदुस्तान में या सारी दुनिया में इसका एक एक पिंड है कोई किती असी भी सुनी सुनाई है ये इसका पिंड है बनूड उसके पिंड के विच सारे 10-15 घर है ये चीज़ है एक नाव है ये बनूड होर कोई ना यानी हरेक पिंड के दो नाव होंगे किती कोई बसया वा किती कोई ये बनूड इक्को है हाँ ये गल्लां दा फिर ना सुन के हौली हौली पता लगता बाकी ठीक है सारा हो गया पानी प्री प्रॉब्लम तो हुण इह रहणी आई है दुनिया वध गई पानी ने तो नीचे नूं इह जाणा जिन्ना जा रहा हर साल 100 फुट हेठां चले आई जांदा 50 फुट परमजीत सिंह जी भाई तू इत्थे खड़ जाना जदों बारिश चंडीगढ़ आउंदी है पानी पैदा खड़ जांदा इत्थे इन्नी दिक्कत बाजी आ हुण तां 5 दिन हो गए मोटर सड़ी हुई है कमेटी की पानी नहीं आ रहा टैंकर मंगा मंगा पी रहे हैं लोग कोई रेहड़ियाँ ले के पी जाने दसो कितने जाइए है पानी नहीं आया लोग वैसे कदे किसी का मोटरसाइकिल बंद हो जाता कदे गड्डियां बच्चे पढ़ने वाले इन्ने परेशान होंगे लगन नू आम जनता इन्नी परेशान लगन नू सीवरेज नहीं है कोई वधिया तुसीं देख लो आके जदों भी बारिश पैंदी है इन्नी खबरां लाने बनूड़ दे कोई मसला हल नहीं होंदा हैगा है इन्नी दुनिया परेशान आ भी बात गल छड़ दो फिर जना कहना जोड़ा ही प्रधान आता उ कहता करा मसला हल है कोई नहीं करता कोई एम सी कोई प्रधान कोई एम एल ए नहीं करता है पानी नहीं आ रहा तीन दिन से हाँ पीने वाला कोई पानी नहीं आ रहा हल क्या भाई श्री कहीं गुरुद्वारे में भर कहीं कहीं से भर टैंकर टूंकर भी कोई नहीं आते अज इक गए हाँ सीवरेज तो चलते ही नहीं इन्ने इन्ने पैप है उन्होंने क्या चलना सीवरेज ने ਪਰ ਜਾ ਵੱਲ ਫਾਵੇ ਮੌਸਮ ਬੰਦ ਹੋ ਜਾ ਫਿਰ ਕੱਢਾਂ ਆਣੇ ਚੀਕ ਚੂਕ ਜਾਗਾ ਸੀ ਗੱਲ ਪ੍ਰਸ਼ਾਸਨ ਨੇ ਗੱਲ ਸੁਣੀ ਪ੍ਰਸ਼ਾਸਨ ਕੀ ਕਰੇਗਾ ਕੁਛ ਨਹੀਂ ਕੋਈ ਸੁਣਦਾ ਕੁਛ ਮਰਜ਼ੀ ਕਰੇ ਹੜਵਾਂ ਪਾਣੀਓ ਪਾਣੀ ਦਾ ਉਹਦੇ ਸਾਰਾ ਕਮੇਟੀ ਰੋਡ ਪਾ ਅੱਛਾ ਹਾਂ ਗੁਰਦੁਆਰੇ ਵਾ ਪਾਣੀਓ ਪਾਣੀ ਦਾ ਪਰਾਂ ਚੌਂਕ ਵਾ ਸਾਰੇ ਬਨੂੜ ਦਾ ਇਹ ਹਾਲ ਆਹੋ ਤਕਰੀਬਨ ਅੱਧੇ ਬਨੂੜ ਦਾ ਹਾਲ ਹੈ ਪਰਾਂ ਬਾਂਡੇ ਕੀ ਬਹੀ ਡੁੱਬੇ ਗਈ ਸੀ ਪਾਣੀ ਮੈਂ ਤੁਹਾਨੂੰ ਪਤਾ 4-4 ਫੁੱਟ 5-5 ਫੁੱਟ ਪਾਣੀ ਦਾ सो तुसी इतिहासक शहर बनूड दियां तस्वीरां देखियां हालात देखे पानी दी निकासी सीवरेज दी समस्या ते पीण योग पानी दे हालात कहे जे बने ने लोकां नूं पीण योग जिहड़ा पानी है वह भी समय सिर नहीं मिल रहा क्योंकि पानी दे विच सीवरेज जिहड़ी है वह खराब होण कारण पीण योग पानी नहीं पानी दे टैंकर आ रहे आ उहनूं लैके भी लोकां दे विच समस्या हैगी है समय ते पानी दा जिहड़ा प्रबंध है वह नहीं किया जा रहा सब बहुत सारे सवाल जिहड़े ने वह प्रशासन ते नगर निगम ते खड़े होंदे है तुसीं देखिया कि किस तरीके लोग जिहड़े ने इत्थे मजबूर ने हालातों नाल लड़ रहे ने पानी की निकासी नूं लैके पीण योग पानी ते बहुत सारिया समस्यावां जिवें एक इतिहासक शहर दे विच अजिहा कुछ हो रहा है तो होर शहरां दे की हालात होणगे ये तुहानूं बनूड़ शहर दिखाया कि किस तरीके के हालात बनूड़ शहर के बने हुए है फिलहाल तुसीं जुड़े रहो द अनम्यूट दे नाल मैनूं दिओ इजाजत मेरे सहयोगी प्रभजोत दे नाल जगजीत सिंह पंजोली बनूड़।